ਵਿਦੇਸ਼ 'ਚ ਇੱਕ ਹੋਰ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ। 7 ਸਾਲ ਪਹਿਲਾਂ ਚੰਗੇ ਭਵਿੱਖ ਲਈ ਇਟਲੀ ਗਿਆ ਸੀ ਨੌਜਵਾਨ। 2 ਮਹੀਨੇ ਤੱਕ ਵਿਆਹ ਕਰਾਉਣ ਲਈ ਆਉਣਾ ਸੀ ਪੰਜਾਬ। ਪਰਿਵਾਰਿਕ ਮੈਂਬਰ ਕਰ ਰਹੇ ਸੀ ਵਿਆਹ ਦੀ ਤਿਆਰੀ। ਅਚਾਨਕ ਚਲੇ ਗਈ ਨੌਜਵਾਨ ਦੀ ਜਾਨ। ਤਾਂ ਵਿਰਲਾਪ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਬਰਨਾਲਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਨੌਜਵਾਨ ਦੀ ਇਟਲੀ ਦੇ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਬਰਨਾਲਾ ਦੇ ਪਿੰਡ ਮਹਿਲ ਖੁਰਦ ਦਾ ਸਵਰਨ ਸਿੰਘ 7 ਸਾਲ ਪਹਿਲਾਂ ਇਟਲੀ ਗਿਆ ਸੀ ਅਤੇ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਉਹ ਇਟਲੀ ਪਹੁੰਚਿਆ ਸੀ। 7 ਸਾਲ ਦੇ ਵਿੱਚ ਇੱਕ ਵਾਰ ਵੀ ਉਹ ਵਾਪਸ ਪਿੰਡ ਨਹੀਂ ਆ ਸਕਿਆ, ਪਰ ਹੁਣ ਪਰਿਵਾਰ ਵਾਲੇ ਉਸ ਦੇ ਵਿਆਹ ਦੀ ਤਿਆਰੀ ਕਰ ਰਹੇ ਸੀ ਅਤੇ ਉਸ ਨੇ 2 ਮਹੀਨੇ ਤੱਕ ਪਿੰਡ ਵਾਪਸ ਆਉਣਾ ਸੀ, ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸਵਰਨ ਸਿੰਘ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ। ਪਰਿਵਾਰ ਨੂੰ ਨਹੀਂ ਸੀ ਪਤਾ ਕਿ ਇੰਝ ਖੁਸ਼ੀਆਂ ਮਾਤਮ 'ਚ ਤਬਦੀਲ ਹੋ ਜਾਣਗੀਆਂ। ਜਿਸ ਪੁੱਤ ਦੇ ਉਹ ਵਿਆਹ ਦੀ ਤਿਆਰੀ ਕਰ ਰਹੇ ਸੀ, ਉਸ ਪੁੱਤ ਦੀ ਮ੍ਰਿਤਕ ਦੇ ਉਡੀਕਣੀ ਪਵੇਗੀ। ਹੁਣ ਪਰਿਵਾਰ ਅਤੇ ਰਿਸ਼ਤੇਦਾਰ ਨੌਜਵਾਨ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਅਪੀਲ ਕਰ ਰਿਹਾ ਹੈ। ਮਾਮਲਾ ਇਹ ਸੀਗਾ ਜੀ, ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ, ਇਹ ਤਕਰੀਬਨ 7 ਕੁ ਸਾਲ ਪਹਿਲਾਂ ਇਟਲੀ ਦੇ ਵਿੱਚ ਗਏ ਸੀਗੇ। ਉੱਥੇ ਆਪਦਾ ਵਧੀਆ ਇਹਨਾਂ ਦਾ ਕੰਮ ਕਾਰ ਚੱਲਦਾ ਸੀਗਾ ਅਤੇ ਰਾਤੀਂ ਸਾਨੂੰ ਤਕਰੀਬਨ 1:30 ਕੁ ਵਜੇ ਫੋਨ ਆਇਆ ਉੱਥੋਂ ਅਚਾਨਕ ਹੀ ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ। ਆਪਦੇ ਕਿਚਨ ਦੇ ਵਿੱਚ ਆਟਾ ਗੁੰਨ ਰਹੇ ਸੀਗੇ ਅਤੇ ਆਟਾ ਗੁੰਨਦੇ ਗੁੰਨਦੇ ਇਹ ਬਸ ਪਿੱਛੇ ਜੜ ਗਿਆ। ਫਿਰ ਉਹ ਜਿਹੜਾ ਕੋਈ ਨਾਲ ਇਹਦਾ ਰੂਮਮੇਟ ਸੀਗਾ, ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਵਾ ਸਿੰਘ, ਉਹਨਾਂ ਨੂੰ ਫੋਨ ਕਰਿਆ। ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ, ਰਾਤ ਨੂੰ ਅਸੀਂ ਤਕਰੀਬਨ ਸਾਨੂੰ 2 ਕੁ ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ ਗਾ। ਫਿਰ ਚਲੋ ਉੱਥੇ ਹੁਣ ਆਪਣੇ ਹੋਰ ਰਿਸ਼ਤੇਦਾਰ ਵੀ ਹੈਗੇ ਨੇ, ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਜੀ ਵੀ ਅੱਗੇ ਦਾ ਕੀ ਪ੍ਰੋਸੈਸ ਹੈਗਾ ਨਾ। ਪਰਿਵਾਰ ਦੇ ਵਿੱਚ ਕੌਣ ਕੌਣ ਆ? ਪਰਿਵਾਰ ਦੇ ਵਿੱਚ 2 ਭਰਾ ਨੇ ਜੀ, 2 ਭੈਣਾਂ ਸੀਗੀਆਂ, ਭੈਣਾਂ ਦੋਨੇ ਵਿਆਹੀਆਂ ਵੀ ਨੇ। ਡੈਡੀ ਦੀ ਵੀ ਇਹਨਾਂ ਦੀ ਡੈਥ ਹੋ ਗਈ ਸੀਗੀ ਅਤੇ ਮਾਤਾ ਦੀ ਵੀ ਡੈਥ ਹੋ ਗਈ ਸੀਗੀ। ਕਿੰਨੀ ਕੁ ਉਮਰ ਹੈ ਜਿਹੜੀ ਨੌਜਵਾਨ ਦੀ ਰਹੀ? ਉਮਰ ਇਹਨਾਂ ਦੀ ਹੈਗੀ ਜੀ 37-38 ਸਾਲ ਤਕਰੀਬਨ। ਹਲੇ ਹੁਣ ਆਉਣਾ ਸੀਗਾ ਇਹਨੇ ਮੂਹਰੇ ਵਿਆਹ ਕਰਾਉਣ ਆਉਣਾ ਸੀਗਾ, ਹੋਈ ਸੀ ਗੱਲਬਾਤ ਵੀ ਮੂਹਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ 2-4 ਮਹੀਨੇ ਤੱਕ ਆਉਣਾ ਸੀ ਇੱਥੇ ਇਹਨੇ ਪਿੰਡ, ਪਰ ਆ ਕੁਛ ਹੋਰ ਹੀ ਭਾਣਾ ਵਾਪਰ ਗਿਆ ਜੀ। ਕੀ ਕੋਈ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਤਾਂ ਅਸੀਂ ਬਸ ਇੱਧਰ ਲਿਆਉਂਗੇ, ਸਾਡੇ ਉੱਧਰ ਰਿਸ਼ਤੇਦਾਰ ਵੀ ਹੈਗੇ ਨੇ ਜੀ, ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉੱਧਰ ਡੈਥ ਹੋਈ ਹੈ ਇਹਦੀ, ਵੀ ਉਹਨੂੰ ਲਿਆਉਣ ਦੇ ਵਿੱਚ ਸਾਨੂੰ ਉੱਧਰ ਡੈੱਡ ਬੋਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ, ਬਸ ਇਹੀ ਅਪੀਲ ਹੈ ਜੀ। ਦੇਖੋ ਜੀ, ਕੱਲ੍ਹ ਮਿਤੀ 7/3/2024 ਨੂੰ ਸਾਰਾ ਪਰਿਵਾਰ ਟੀਮ ਦੀ ਤਰ੍ਹਾਂ ਸੀ, ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਤਾ, ਕੋਈ ਗੱਲਬਾਤ ਨਹੀਂ ਸੀ। ਰਾਤ ਤਕਰੀਬਨ ਕੋਈ 1:15 ਵਜੇ ਦੇ ਕਰੀਬ ਬਾਹਰੋਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ, ਦੱਸਿਆ ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ, ਉਹ ਬਾਅਦ 'ਚ ਆਇਆ, ਆ ਕੇ ਦੇਖਿਆ ਤਾਂ ਕੰਮ ਤੋਂ ਆ ਕੇ ਰੂਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗਿਆ ਸੀ, ਜਿਸਦਾ ਕਿ ਸਬੂਤ ਆ ਉਹਦੇ ਹੱਥ ਆਟੇ ਨਾਲ ਰਿਬੜੇ ਹੋਏ ਸੀ। ਉਹ ਬੰਦੇ ਨੇ ਦੱਸਿਆ ਵੀ ਇਹਨੂੰ ਅਟੈਕ ਹੋਇਆ, ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਿਜਾ ਰਹੇ ਹਾਂ। ਥੋੜ੍ਹੇ ਟਾਈਮ ਬਾਅਦ ਫੋਨ ਆਇਆ ਵੀ ਸਵਰਨ ਸਿੰਘ ਨਹੀਂ ਰਹੇ। ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਸ ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ, ਅਤੇ ਬਾਕੀ ਲਗਭਗ ਕਾਫੀ ਟਾਈਮ ਤੋਂ ਇਹ ਵਿਚਾਰਾ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ,
ਵਿਦੇਸ਼ਾਂ ਦੇ ਵਿੱਚ ਕੁਝ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇੱਧਰ ਉੱਧਰ ਦੇਖਦੇ ਸੈਟਿੰਗ ਕਰਦੇ। ਕੋਈ ਜਦੋਂ ਦਾ ਗਿਆ 7 ਸਾਲ ਦੇ ਲਗਭਗ ਜਿਹੜਾ ਦੱਸਿਆ ਜਾਂਦਾ ਜੀ, ਵਿੱਚ ਦੀ ਕੋਈ ਇੰਡੀਆ ਆਇਆ ਸੀ ਵਾਪਸ? ਨਾ ਜੀ, ਬਿਲਕੁਲ ਨਹੀਂ ਆਇਆ। ਅਸੀਂ ਕਹਿੰਦੇ ਸੀ, ਕਹਿੰਦਾ ਰਹਿੰਦਾ ਸੀ ਮੈਂ ਆਊਂਗਾ, ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਹੋਲੈਂਡ ਦੇ, ਮੈਂ ਆਊਂਗਾ ਆ ਜਾਊਂਗਾ, ਮੈਂ ਕੋਈ ਨਹੀਂ ਆਪ ਦੱਸੂਗਾ। ਇਹ ਨਹੀਂ ਪਤਾ ਮੈਂ ਤੁਹਾਨੂੰ ਨਾ ਹੀ ਦੱਸਾਂ, ਮੈਂ ਉਹਦੀ ਪਤਾ ਲੱਗੇ ਘਰ ਆ ਜਾ। ਹੁਣ ਕੋਈ ਮੰਗ ਕਰਦੇ ਹੋ ਕਿ ਜਿਹੜੇ ਨੌਜਵਾਨ ਨੂੰ ਇੱਧਰ ਲੈਣ ਲਈ? ਦੇਖੋ ਜੀ, ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰ ਆ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ।